ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਔਰ ਮੈਂ ਹਾਂ ਤੁਹਾਡੇ ਨਾਲ ਮੀਤ ਦੇਸੀ ਰੌਕ ਸਟਾਰ ਉਰਫ ਗਿੱਪੀ ਗਰੇਵਾਲ। ਜਿਸ ਦੇ ਗਾਣੇ ਹੋਣ ਜਾਂ ਫਿਲਮਾਂ ਲੋਕਾਂ ਨੂੰ ਖੂਬ ਪਸੰਦ ਆਉਂਦੀਆਂ ਨੇ, ਉਹਨਾਂ ਦੇ ਵਿੱਚੋਂ ਇੱਕ ਫਿਲਮ ਅਜਿਹੀ ਸੀਗੀ ਜਿਸ ਨੇ ਬਹੁਤ ਵਧੀਆ ਮੈਸੇਜ ਦਿੱਤਾ ਕਿ ਨਸ਼ਿਆਂ ਤੋਂ ਦੂਰ ਰਹੋ, ਜਿਸ ਦੇ ਵਿੱਚ ਨਜ਼ਰ ਆਏ ਸਨ ਐਮੀ ਵਿਰਕ ਅਤੇ ਗੁਰਪ੍ਰੀਤ ਘੁੱਗੀ ਵੀ। ਫਿਲਮ ਦਾ ਟਾਈਟਲ ਸੀਗਾ ਅਰਦਾਸ, ਔਰ ਇਹ ਲੋਕਾਂ ਨੂੰ ਇੰਨੀ ਜ਼ਿਆਦਾ ਪਸੰਦ ਆਈ ਹੈ ਕਿ ਇਸ ਦੀ ਸਕਸੈਸ ਤੋਂ ਬਾਅਦ ਹੁਣ ਗਿੱਪੀ ਗਰੇਵਾਲ ਇਸ ਦਾ ਸੀਕੁਅਲ ਲੈ ਕੇ ਆ ਰਹੇ ਨੇ। ਔਰ ਖਾਸ ਗੱਲ ਇਹ ਹੈ ਕਿ ਇਸ ਦੇ ਸੀਕੁਅਲ ਦਾ ਫਸਟ ਲੁੱਕ ਅੱਜ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਕੀਤਾ। ਸੋ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਉਹ ਫਸਟ ਲੁੱਕ ਜੋ ਸ਼ੇਅਰ ਕੀਤਾ ਖੁਦ ਗਿੱਪੀ ਗਰੇਵਾਲ ਨੇ। ਸੋ ਇਸ ਵਾਰ ਫਿਲਮ ਦਾ ਟਾਈਟਲ ਰੱਖਿਆ ਗਿਆ ਅਰਦਾਸ ਕਰਾਂ, ਅਤੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਇਸ ਵਾਰ ਸਟੋਰੀ ਅਤੇ ਸਕਰੀਨ ਪਲੇ ਹੈ ਰਾਣਾ ਰਣਬੀਰ ਅਤੇ ਗਿੱਪੀ ਗਰੇਵਾਲ ਦਾ, ਅਤੇ ਪ੍ਰੋਡਿਊਸ ਅਤੇ ਡਾਇਰੈਕਟ ਖੁਦ ਕੀਤਾ ਹੈ ਦੇਸੀ ਰੌਕ ਸਟਾਰ ਗਿੱਪੀ ਗਰੇਵਾਲ ਨੇ। ਫਿਲਹਾਲ ਹੁਣ ਤੁਹਾਨੂੰ ਇਸ ਫਿਲਮ ਦਾ ਕਿੰਨਾ ਕੁ ਇੰਤਜ਼ਾਰ ਹੈ ਸਾਨੂੰ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੱਸੋ, ਅਤੇ ਉਮੀਦ ਕਰਦਾ ਕਿ ਇਹ ਵੀ ਅਰਦਾਸ ਦੇਵਾਂਗੂ ਸੁਪਰ ਡੂਪਰ ਹਿੱਟ ਹੋਏਗੀ। ਸੋ ਗਿੱਪੀ ਗਰੇਵਾਲ ਨੂੰ ਆਲ ਦੀ ਵੈਰੀ ਬੈਸਟ ਫੋਰ ਦੀ ਮੂਵੀ।